ਜੋ ਬੋਲੇ ਸੁਣ ਪਏ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਜੈ ਭੀਮ, ਜੈ ਸੰਵਿਧਾਨ ਦਾਸ ਪੰਕਜ ਨਾਥ ਸ਼ੇਰਗਿੱਲ, ਮੁਖੀ ਵਾਲਮੀਕਿ ਸਰਦਾਰ ਸਭਾ ਤੋਂ। ਅੱਜ ਜੋ ਵਾਲਮੀਕਿ ਸਮਾਜ ਵੱਲੋਂ ਸਿਮਰਨਜੀਤ ਸਿੰਘ ਮਾਨ, ਜੋ ਕਿ ਐਮ ਪੀ ਸੰਗਰੂਰ ਦਾ, ਉਹਦਾ ਇੱਕ ਪੁਤਲਾ ਫੂਕਿਆ ਗਿਆ ਵਾ। ਪੁਤਲਾ ਫੂਕਣ ਦਾ ਕਾਰਨ ਇਹ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਵਾਰ ਵਾਰ ਟਾਰਗੇਟ ਕਰਦਾ ਵਾ ਅਤੇ ਉਹਦੇ ਬਾਰੇ ਅਪਸ਼ਬਦ ਬੋਲਦਾ। ਔਰ 26 ਜਨਵਰੀ ਨੂੰ ਜਿਹੜਾ ਕਿ ਭਾਰਤੀ ਸੰਵਿਧਾਨ ਜਿੱਦਣ ਲਾਗੂ ਹੁੰਦਾ ਵਾ, ਉੱਦਣ ਉਹ ਕਾਲਾ ਦਿਵਸ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਵਾ। ਅਤੇ ਸਾਡੀ ਸਰਕਾਰ ਨੂੰ ਅਪੀਲ ਆ ਵੀ ਉਹਨੂੰ ਕਾਲਾ ਦਿਵਸ ਮਨਾਉਣ ਨਾ ਦਿੱਤਾ ਜਾਵੇ ਅਤੇ ਉਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਮੈਂ ਤਾਂ ਉਹਨੂੰ ਮਹਾਂਮੂਰਖ ਹੀ ਕਹੂੰਗਾ ਫਿਰ, ਜਿਹੜੇ ਸੰਵਿਧਾਨ ਨੇ ਉਹਨੂੰ ਐਮ ਪੀ ਦੀ ਸੀਟ ਦਿੱਤੀ ਆ, ਜਿਹੜੇ ਸੰਵਿਧਾਨ ਦੀ ਉਹਨੇ ਸਹੁੰ ਖਾ ਕੇ ਐਮ ਪੀ ਦੀ ਮੈਂਬਰਸ਼ਿਪ ਲਈ ਆ, ਵਾਰ ਵਾਰ ਉਸੇ ਸੰਵਿਧਾਨ ਨੂੰ ਟਾਰਗੇਟ ਕਰਨ ਦਾ ਕਾਰਨ ਉਹਦਾ ਮੁੱਖ ਇਹ ਆ ਵੀ ਉਹ ਜਿਹੜੇ ਸੰਵਿਧਾਨ ਦੇ ਨਾਲ ਐਸੀ ਸਮਾਜ ਨੂੰ ਜਿਹੜੇ ਬੈਨੀਫਿਟ ਹੋ ਰਹੇ ਜਾਂ ਫਾਇਦੇ ਮਿਲ ਰਹੇ ਆ, ਉਹ ਹੀ ਉਹਨਾਂ ਨੂੰ ਚੁਭ ਰਹੇ ਆ, ਉਸੇ ਕਰਕੇ ਸੰਵਿਧਾਨ ਨੂੰ ਵਾਰ ਵਾਰ ਟਾਰਗੇਟ ਕਰ ਰਹੇ। ਜੀ ਸਾਡਾ ਸਾਰੇ ਆਪਣੇ ਸਮਾਜ ਦੀਆਂ ਜਥੇਬੰਦੀਆਂ ਦੇ ਅਤੇ ਧਾਰਮਿਕ ਦੇ ਆਗੂਆਂ ਨਾਲ ਗੱਲ ਕਰਕੇ ਕੋਈ ਵੱਡਾ ਸੰਘਰਸ਼ ਹੀ ਵਿੱਢਾਂਗੇ, ਪਰ ਇਹਨੂੰ ਨੱਥ ਪਾ ਕੇ ਹੀ ਹਟਾਂਗੇ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਅੱਗ ਵਾਂਗੂ ਫੈਲ ਰਹੀ ਸੀ, ਜਿਸ ਵੀਡੀਓ ਦਾ ਵਿਰੋਧ ਸਾਡੇ ਭਾਰਤ ਦੇ ਹਰ ਇੱਕ ਨਾਗਰਿਕ ਨੇ ਕੀਤਾ ਅਤੇ ਇਸ ਗੱਲ ਦਾ ਵਿਰੋਧ ਉਹ ਕਰਦਾ ਰਹੇਗਾ ਜੋ ਭਾਰਤ ਨੂੰ ਪਿਆਰ ਕਰਦਾ, ਸੰਵਿਧਾਨ ਨੂੰ ਪਿਆਰ ਕਰਦਾ। ਇਹ ਮਸਲਾ ਹੈ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ, ਜੋ ਸੰਗਰੂਰ ਤੋਂ ਐਮ ਪੀ ਨੇ। ਉਹਨਾਂ ਨੇ ਕੁਛ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹ ਸਾਫ਼ ਤੌਰ 'ਤੇ ਇਹ ਗੱਲ ਕਹਿ ਰਹੇ ਨੇ ਕਿ ਜਿਸ ਦਿਨ ਸਾਡੇ ਮੁਲਕ ਵਿੱਚ ਸੰਪੂਰਨ ਤੌਰ 'ਤੇ ਸੰਵਿਧਾਨ ਲਾਗੂ ਹੁੰਦਾ, 26 ਜਨਵਰੀ 1950, ਉਸ ਦਿਨ ਨੂੰ ਉਹ ਕਾਲਾ ਦਿਵਸ ਮਨਾਉਣ ਦੀ ਗੱਲ ਕਰ ਰਹੇ ਨੇ। ਅਤੇ ਇਹ ਗੱਲ ਸਾਡਾ ਵਾਲਮੀਕਿ ਸਮਾਜ, ਮਜ਼ਹਬੀ ਸਿੱਖ ਸਮਾਜ, ਸ਼ੈਡਿਊਲ ਕਾਸਟ ਭਾਈਚਾਰਾ ਇਹ ਗੱਲ ਹਰਗਿਜ਼ ਨਹੀਂ ਬਰਦਾਸ਼ਤ ਕਰੂਗਾ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਹੀ ਸਾਡਾ ਵਾਲਮੀਕਿ ਸਮਾਜ, ਸ਼ੈਡਿਊਲ ਕਾਸਟ ਸਮਾਜ ਅੱਜ ਸਮੇਂ ਦਾ ਹਾਣੀ ਹੈ। ਇਹਨਾਂ ਲੋਕਾਂ ਨੂੰ ਸਿੱਧੇ ਤੌਰ 'ਤੇ ਹੀ ਸਾਡੇ ਸਮਾਜ ਨਾਲ ਬਹੁਤ ਐਲਰਜੀ ਹੈ। ਇਹ ਨਫ਼ਰਤ ਦੀ ਭਾਵਨਾ ਦੇ ਨਾਲ, ਘਿਰਣਾ ਦੀ ਭਾਵਨਾ ਦੇ ਨਾਲ ਇਹ ਬਿਆਨਬਾਜ਼ੀ ਕਰਦੇ ਨੇ। ਅਸੀਂ ਤਾਂ ਸਿੱਧੇ ਤੌਰ 'ਤੇ ਹੀ ਭਾਰਤ ਸਰਕਾਰ ਨੂੰ ਮੰਗ ਕਰਦੇ ਹਾਂ ਇਹਨਾਂ ਦੀ ਐਮ ਪੀ ਸ਼ਿਪ ਜਿਹੜੀ ਆ ਉਹ ਰੱਦ ਕੀਤੀ ਜਾਵੇ, ਕਿਉਂਕਿ ਇਸ ਬੰਦੇ ਨੇ, ਸਿਮਰਨਜੀਤ ਸਿੰਘ ਮਾਨ ਨੇ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਖਾਧੀ ਸੀ। ਪਰ ਅੱਜ ਜੋ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ, ਨਾ ਤਾਂ ਇਹਨੂੰ ਸੰਵਿਧਾਨ ਨੇ ਮਾਫ਼ ਕਰਨਾ, ਨਾ ਭਾਰਤ ਦੀ ਆਵਾਮ ਨੇ ਮਾਫ਼ ਕਰਨਾ, ਨਾ ਸਰਕਾਰ ਨੇ ਮਾਫ਼ ਕਰਨਾ। ਵੇਖੋ ਜੀ, ਗੱਲਾਂ ਲੋਕ ਹਿੱਤ ਦੀਆਂ ਕਰੇ, ਸਮਾਜ ਨੂੰ ਤਰੱਕੀ ਵੱਲ ਵਧਾਉਣ ਦੀਆਂ ਗੱਲਾਂ ਕਰੇ ਅਤੇ ਸਾਡਾ ਸਮਾਜ ਇਹਦੇ ਨਾਲ ਆ। ਮੈਂ ਦੱਸਣਾ ਚਾਹੁੰਦਾ 1984 ਦਾ ਦਹਾਕਾ ਪੰਜਾਬ ਦੀ ਜਵਾਨੀ ਨੇ ਆਪਣੇ ਪਿੰਡੇ 'ਤੇ ਹੰਢਾਇਆ, ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਇਆ, ਪਰਿਵਾਰਾਂ ਦੇ ਪਰਿਵਾਰ ਉੱਜੜ ਗਏ, ਪੰਜਾਬ ਦੀ ਜਵਾਨੀ ਦਾ ਖੂਨ ਡੋਲਿਆ ਗਿਆ। ਇਹ ਪੰਜਾਬ ਦੀ ਜਵਾਨੀ ਦੇ ਕਾਤਲ ਲੋਕ ਨੇ, ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ, ਇਹ ਖੂਨ ਦੀ ਰਾਜਨੀਤੀ ਖੇਡ ਕੇ ਸੱਤਾ ਦਾ ਜਿਹੜਾ ਨਿੱਗ ਹੰਢਾਉਣ ਵਾਲੇ ਲੋਕ ਨੇ। ਅਤੇ ਸਿੱਧੇ ਤੌਰ 'ਤੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜੇਕਰ ਦੀਪ ਸਿੱਧੂ ਦਾ ਸੜਕ ਹਾਦਸਾ ਹੋਇਆ, ਕਤਲ ਹੋਇਆ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਦਾ ਜ਼ਿੰਮੇਵਾਰ ਵੀ ਸਿਮਰਨਜੀਤ ਸਿੰਘ ਮਾਨ ਹੈ। ਇਹਨੇ ਖੂਨ ਦੀ ਹੋਲੀ ਖੇਡ ਕੇ ਸੰਗਰੂਰ ਵਾਸੀਆਂ ਨੂੰ ਗੁੰਮਰਾਹ ਕਰਕੇ ਉਹਦੇ ਜਿੱਤ ਹਾਸਲ ਕੀਤੀ। ਜੇਕਰ ਇਹ ਕਾਂਡ ਨਾ ਹੁੰਦੇ
ਤੇ ਇਹ ਕਦੀ ਬਣਾ ਜਿੱਤਦਾ, ਹਰ ਕਿਸ ਬਣਾ ਜਿੱਤਦਾ। ਦੇਖੋ ਜੀ, ਮੈਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦਾ, ਕਿਉਂਕਿ ਅਸੀਂ ਨਾ ਇਹਨਾਂ ਦੀ ਵਡੇਰੀ ਉਮਰ ਦਾ ਬਹੁਤ ਲਿਹਾਜ਼ ਕਰਦੇ ਹਾਂ, ਸਾਡੇ ਸਤਿਕਾਰਯੋਗ ਨੇ, ਪਰ ਜੇਕਰ ਇਹ ਦੇਸ਼ ਵਿਰੋਧੀ ਗੱਲਾਂ ਕਰਨਗੇ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨਗੇ, ਫਿਰ ਸਾਡੇ ਕੋਲ ਇਹਨਾਂ ਦਾ ਕੋਈ ਮਾਣ ਨਹੀਂ ਅਤੇ ਸਨਮਾਨ ਨਹੀਂ। ਇਹ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ, ਜੇਕਰ ਕੋਈ ਇਸ਼ਤਿਹਾਰ ਜਾਰੀ ਕਰਦੇ ਨੇ, ਜੇ ਇਹਨਾਂ ਦੇ ਕੋਈ ਫਲੈਕਸ ਬੋਰਡ ਲੱਗਦੇ ਨੇ, ਵਾਲਮੀਕਿ ਸੁਧਾਰ ਸਭਾ ਇਹਦਾ ਡੱਟ ਕੇ ਵਿਰੋਧ ਕਰੂਗੀ, ਵਾਲਮੀਕਿ ਸਮਾਜ ਦਾ ਡੱਟ ਕੇ ਵਿਰੋਧ ਕਰੂਗਾ। ਇਹਨਾਂ ਦੇ ਜਿਹੜੇ ਬੋਰਡ ਨੇ, ਫਲੈਕਸ ਨੇ, ਇਹਨਾਂ ਦੇ ਇਸ਼ਤਿਹਾਰ ਨੇ, ਉਹ ਜਨਤਕ ਨਹੀਂ ਹੋਣ ਦਿੱਤੇ ਜਾਣਗੇ। ਉਹ ਫਲੈਕਸ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਦੇਸ਼ ਵਿਰੋਧੀ ਗਤੀਵਿਧੀਆਂ ਨੇ, ਜਿੱਦਾਂ ਇਹ ਇਹਨਾਂ 'ਤੇ ਰੋਕ ਲਗਾਈ ਜਾਵੇ, ਇਹਨਾਂ ਦੇ ਜਿਹੜੇ ਫਲੈਕਸ ਪੋਸਟਰ ਬੋਰਡ ਪੋਸਟਰ ਨੇ, ਹੈ ਨਾ, ਉਹਨਾਂ 'ਤੇ ਰੋਕ ਲਗਾਈ ਜਾਵੇ, ਕਿਰਪਾ ਕਰਕੇ ਉਹ ਜਨਤਕ ਨਾ ਹੋਣ। ਇਸ ਕਰਕੇ ਜੇਕਰ ਆਉਣ ਵਾਲੇ ਸਮੇਂ 'ਚ ਅਜਿਹੀ ਕੋਈ ਇਹ ਹਰਕਤ ਕਰਦੇ ਨੇ, ਤਾਂ ਸਿੱਧੇ ਤੌਰ 'ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ ਗੱਲ ਦਾ।